ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦਾ ਵਲੋਗ ਆਰ ਜੇ ਹੈਪੀ ਸਿੰਘ ਚੈਨਲ ਤੋਂ ਤੁਸੀਂ ਸਾਰੇ ਦੇਖ ਰਹੇ ਹੋ ਅਤੇ ਅੱਜ ਦੀ ਜਿਹੜੀ ਗੱਲਬਾਤ ਹੈਗੀ ਆ ਵਲੋਗ ਵਿੱਚ ਉਹ ਦਿਖਾਇਆ ਜਾ ਰਿਹਾ ਉਹ ਇੱਕ ਜਾਨਵਰ ਨੂੰ ਬਚਾਉਣ ਦੀ, ਮਤਲਬ ਇੱਕ ਜਾਨ ਨੂੰ ਬਚਾਉਣ ਦਾ ਵਲੋਗ ਹੈਗਾ। ਉਹਦੀ ਜਾਨ ਤਾਂ ਬਚਣੀ ਬਚਣੀ ਆ, ਪਰ ਆਪਦਾ ਬੜਾ ਰਿਸਕ ਹੋਣਾ, ਹੈ ਨਾ, ਰਿਸਕ ਹੀ ਕੰਮ ਹੋ ਜਾਂਦਾ। ਅਤੇ ਰਿਸਕ ਬੰਦਾ ਉਹੀ ਲੈਂਦਾ ਜਿਹੜੇ ਸੁਭਾਅ 'ਚ ਰਿਸਕ ਹੋਵੇ। ਅਤੇ ਕੁੱਤਾ ਆ 2 ਤਰੀਕ ਨੂੰ ਗੜੇ ਪਏ ਸੀ ਪੰਜਾਬ 'ਚ ਆਪਣੇ, ਅਤੇ ਅੱਜ 9 ਤਰੀਕ ਆ, 9 ਮਾਰਚ, ਮਤਲਬ 8-9 ਦਿਨ ਹੋ ਗਏ ਕੁੱਤੇ ਨੂੰ ਡਿੱਗੇ ਨੂੰ। ਅਤੇ ਜਿਹੜੇ ਖੂਹ 'ਚ ਕੁੱਤਾ ਡਿੱਗਿਆ, ਉਹ ਖੂਹ ਬੜਾ ਪੁਰਾਣਾ ਆ, ਅਤੇ ਸਭ ਤੋਂ ਮਾੜੀ ਗੱਲ ਇਹ ਆ ਕਿ ਜਿੰਨੇ ਵੀ ਖੂਹ ਬਣਵਾਇਆ ਉਹਨੇ ਕੋਈ ਚੜ੍ਹਨ ਅਤੇ ਉਤਰਨ ਦਾ ਕੋਈ ਸਾਧਨ ਨਹੀਂ ਰੱਖਿਆ, ਅਤੇ ਨਹੀਂ ਤਾਂ ਬੰਦਾ ਆਰਾਮ ਨਾਲ ਚੱਲ ਜਾਂਦਾ। ਇਹੋ ਜਿਹੀ ਕੰਡੀਸ਼ਨ ਵਿੱਚ ਤੁਸੀਂ ਕੀ ਕਰਨਾ ਹੁੰਦਾ ਆ, ਮੈਂ ਤੁਹਾਨੂੰ ਸ਼ੋਰਟ ਦੱਸਦਾ। ਇੱਕ ਰੱਸਾ ਤੁਹਾਨੂੰ ਸਟਰੋਂਗ ਚਾਹੀਦਾ ਆ, ਸਭ ਤੋਂ ਪਹਿਲਾਂ ਮੈਨ ਪਾਵਰ ਚਾਹੀਦੀ ਜਿਹੜੀ ਮੇਰੇ ਕੋਲ ਪਿੱਛੇ ਤੋਂ ਦੇਖ ਰਹੇ ਹੋ। ਇਹ ਮੈਨ ਪਾਵਰ ਘੱਟੋ ਘੱਟ 1 ਬੰਦੇ ਮਗਰ, ਜੇ ਮੇਰਾ ਜਿਹੜਾ ਬੰਦਾ ਥੱਲੇ ਜਾ ਰਿਹਾ 70 ਕਿਲੋ ਬੰਦੇ ਦਾ ਵੇਟ ਆ, ਚੁਗਣੇ ਮਤਲਬ 7 × 28 280 ਕੁਇੰਟਲ ਵੇਟ ਉੱਪਰ ਖੜਿਆ ਹੋਵੇ ਤੁਹਾਨੂੰ ਚੱਕਣ ਵਾਲਾ, ਠੀਕ ਹੈ, ਇਹ ਸਾਇੰਸ ਕਹਿੰਦੀ ਆ। ਅਤੇ ਕਿਉਂਕਿ ਜੋ ਥੱਲੇ ਗ੍ਰੈਵਿਟੀ ਵੱਧ ਜਾਂਦੀ ਆ, ਅਤੇ ਜੋ ਸਭ ਤੋਂ ਪਹਿਲਾਂ ਹਾਰਨਸ ਵਾਸਤੇ ਇੱਕ ਇਹੋ ਜਿਹਾ ਰੱਸਾ ਹੋਣਾ ਚਾਹੀਦਾ ਆ, ਜਿਹੜਾ ਪਲਾਸਟਿਕ ਤੋਂ ਇਲਾਵਾ ਹੁੰਦਾ ਆ, ਇਹ ਬੜੇ ਬਰੀਕ ਰੇਸ਼ੇ ਹੁੰਦੇ ਇਹਦੇ। ਤੁਹਾਡਾ ਇੱਕ ਜਾਂ 2 ਬੋਰੇ ਮਿੱਟੀ ਦੇ ਭਰੇ ਪਏ ਹੁਣ ਖੂਹ ਆ ਜੀ। ਅਤੇ ਕੁੱਤਾ ਵੀਰੇ ਕਿੰਨੇ ਦਿਨ ਡਿੱਗਿਆ ਆ? ਕੁੱਤੇ ਨੂੰ ਹੋ ਗਏ 8 ਦਿਨ, 1 ਦਿਨ ਦਾ, 2 ਤਰੀਕ ਦਾ। ਹਾਂਜੀ, ਰਾਣਾ ਕੀ ਵੀਰੇ? ਸੁੱਖਾ ਸਿੰਘ, ਇਸ ਜਗ੍ਹਾ ਦੇ ਕੰਮ ਸੇਵਾ ਕਰਦਾ ਮੈਂ, ਤਾਂ ਉਹਨਾਂ ਨੂੰ ਰੋਟੀ ਦੁੱਧ ਵਿੱਚ ਪਹੁੰਚਾਉਣਾ ਆ। ਸਭ ਤੋਂ ਵੱਡੀ ਇਹ ਗੱਲ ਆ ਕਿ ਬੰਦਾ 8-9 ਦਿਨ ਹੋ ਗਏ ਆ ਵੀ ਫਸਿਆ ਹੋਇਆ, ਉਹ ਟਾਈਮ ਸਿਰ ਰੋਟੀ ਤੇ ਪਾਣੀ ਆ ਕੇ ਪਾ ਜਾਂਦਾ ਹੁੰਦਾ, ਤੇ ਵਿੱਚ ਜੇ ਗੜੇ ਪਏ। ਜਿਹਦੇ ਗੜੇ ਪਏ ਉਦਣ ਤੇਰਾ ਕੀ ਵਿਚਾਰ ਸੀਗਾ? ਉਦਣ ਮੇਰਾ ਵਿਚਾਰ ਸੀ, ਮੈਂ ਉੱਪਰ ਛਾਪੇ ਰੱਖ ਕੇ ਸ਼ਿੰਗਾਂ ਰੱਖ ਕੇ ਮੈਂ ਬੋਰੇ ਪਾ ਤੇ ਸੀ। ਦੂਜੇ ਦਿਨ ਵੀ ਮੀਂਹ ਦਾ, ਮੈਂ ਫਿਰ ਵੀ ਮਾਲਕ ਮੋਹਰੇ ਰਜੋਈ ਕੀਤੀ ਵੀ ਮਾਲਕਾ ਇਹਨੂੰ ਬਚਾ ਲਾ ਵਿੱਚ ਵਾਲਾ, ਇਹ ਨਾ ਚੱਲ ਜਾਵੇ। ਦੇਖ ਲਓ ਵੀ ਇੱਦਾਂ ਦੇ ਬੰਦੇ ਵੀ ਹੈਗੇ ਆ। ਮੈਂ ਬਥੇਰੀਆਂ ਵੀਡੀਓ ਦੇਖੇ, ਕੁੱਤੇ ਦੀ ਪੂਛ ਫੜ ਕੇ ਨਾ ਘੁਮਾ ਕੇ ਕੰਧ 'ਚ ਮਾਰਦੇ ਆ। ਕੋਹ ਬੰਦੇ ਆ, ਇੱਕ ਇਹਦਾ ਅਰ ਗਿਆ ਜਿਹੜੇ 8-9 ਦਿਨ ਗਿਆ ਵੀ ਨਾਲ ਬੱਝਿਆ ਆ, ਮਤਲਬ ਕਹਿੰਦਾ ਵਾ ਇਕੱਲਾ ਕੁੱਤਾ ਨੀ ਖੂਹ 'ਚ, ਨਾਲ ਦਾ ਬਾਈ ਵੀ ਖੂਹ 'ਚ ਹੀ ਹੈ ਵੀ ਹਿਸਾਬ ਦਾ, ਤਾਂ ਫਿਰ ਧਿਆਨ 'ਚ ਲੱਗਿਆ 8-9 ਦਿਨ ਤੁਸੀਂ ਸੋਚੀ ਜਾਂਦਾ। ਇਹ ਸੋਚਦਾ ਦਿਨ ਰਾਤ ਵੀ ਕਿੱਦਾਂ ਕੋਲੋਂ ਕੀ ਕਰੂੰਗਾ, ਹਾਲ ਕੀ ਕਰੂੰਗਾ, ਮਤਲਬ ਕਹਿੰਦਾ ਵਾ ਆ ਕਿ ਇਕੱਲਾ ਕੋਈ ਕਿਸੇ ਨੇ ਮੇਰੀ ਸੁਣੀ ਨੀ ਹਾਲੇ ਤੱਕ, ਅੱਜ ਤੁਸੀਂ ਆਏ ਤਾਂ ਅੱਜ ਸੁਣ ਲਏ ਤਾਂ ਕੱਢ ਦੋਗੇ ਤਾਂ ਵਧੀਆ, ਮੇਰੀ ਮਨਜ਼ੂਰੀ ਹੈ। ਅੱਛਾ, ਸਭ ਤੋਂ ਵੱਡੀ ਇਹ ਗੱਲ ਆ ਵੀ ਇਕੱਲਾ ਕੁੱਤਾ ਨੀ ਖੂਹ 'ਚ, ਬਾਈ ਵੀ ਖੂਹ 'ਚ ਹੀ ਆ, ਹਨਾ, ਖੂਹ 'ਚ ਹੀ ਆ ਬੈਠਾ ਮੈਂ। ਸਹੀ ਆ, ਕੋਈ ਨੀ, ਆਪਾਂ ਕੋਈ ਨੀ ਵੀਰੇ, ਕੱਢ ਦਾ ਟੈਨਸ਼ਨ ਲੈ, ਆਪਾਂ ਕੱਢ ਕੇ ਸਾਹ ਲਵਾਂਗੇ। ਤੇ ਆਪਾਂ ਕਰਦੇ ਆਪਣਾ ਵਰਕਆਊਟ ਸ਼ੁਰੂ। ਮੈਂ ਹੁਣ ਹਾਰਨਸ ਬਣਾਉਣ ਲੱਗਿਆ, ਤੁਹਾਨੂੰ ਹਾਰਨਸ ਦੱਸਿਆ ਕਿੱਦਾਂ ਬਣਾਉਣਾ ਆ, ਤੇ ਉਸ ਤੋਂ ਅੱਗੇ ਆਪਾਂ ਵਰਕ ਕਰਦੇ ਹਾਂ। ਤੇ ਥੱਲੇ ਜਾਣ ਵਾਸਤੇ ਤੁਹਾਨੂੰ ਐਮਰਜੈਂਸੀ ਜਿਹੜੇ ਹਾਰਨਸ ਹੁੰਦੇ ਆ ਮਹਿੰਗੇ ਹੁੰਦੇ ਆ, ਹਾਰਨਸ ਤਾਂ ਹੈ ਨਹੀਂ ਗਾ ਨਾ, ਆਪਾਂ ਹਾਰਨਸ ਬਣਾਵਾਂਗੇ। ਮੇਰੇ ਕੋਲ ਰੱਸਾ ਆ, ਮੈਂ ਪਹਿਲਾਂ ਕਹਿਰਾ ਕੀਤਾ ਫਿਰ ਦੋਹਰਾ ਕਰ ਲਿਆ, ਇਸ ਤੋਂ ਹਾਰਨਸ ਕਿੱਦਾਂ ਬਣਦਾ ਆ, ਇਹਨੂੰ ਲੋਕ ਕਰਨਾ ਆ ਉੱਪਰ ਦੀ ਆਇਆ, ਇੱਕ ਗੱਠ ਪੰਜਾਬੀ ਆ ਪੈਣੀ ਆ, ਸਿੱਧੀ ਮਾਰ ਦਾਂਗੇ, ਠੀਕ ਹੈ, ਇਹਨੂੰ ਜਿੰਨਾ ਲੋਕ ਕਰ ਲਓਗੇ ਇਹ ਤੁਹਾਡੇ ਲਈ ਉਨਾ ਚੰਗਾ ਆ, ਨਾ ਜਿੰਨੀ ਵੀ ਲੇਅਰ ਵਧੀਆ। ਤੇ ਆਹ ਆਪਣਾ ਹੋ ਗਿਆ ਸਾਰਾ ਲੋਕ, ਕਿਉਂਕਿ ਦੋਸਤੋ ਸਭ ਤੋਂ ਪਹਿਲਾਂ ਨਾ ਠੀਕ ਹੈ ਜੀ, ਤੁਸੀਂ ਕਿਸੇ ਵੀ ਜਾਨਵਰ ਨੂੰ ਬਚਾਉਂਦੇ ਹੋ, ਚਾਹੇ ਰੋਡ ਤੇ ਕਿਸੇ ਨੂੰ ਬਚਾਉਂਦੇ ਹੋ, ਚਾਹੇ ਮਤਲਬ ਤੁਹਾਡੀ ਬੜੀਆਂ ਘਟਨਾਵਾਂ ਹੋਣਗੀਆਂ ਲਾਈਫ 'ਚ, ਪਹਿਲਾਂ ਤੁਸੀਂ ਆਪ ਸੇਫ ਹੋਵੋਗੇ
ਤੇ ਤਾਂ ਦੂਜੇ ਨੂੰ ਬਚਾਓਗੇ। ਪਹਿਲਾਂ ਆਪਣੀ ਸੇਫਟੀ ਜ਼ਰੂਰੀ ਆ, ਜੇ ਤੁਹਾਡੇ ਨਾਲ ਹੀ ਭਾਂਡੇ ਵੇਖੇ ਤੇ ਦੂਜੇ ਨੇ ਦੇਖੇ ਪਏ ਫਿਰ ਹਨਾ ਆਉ ਨਾ, ਮੈਂ ਸਿੱਧਾ ਪੰਜਾਬੀ ਚ ਬੋਲਦਾ। ਪਹਿਲਾਂ ਆਪਦੀ ਵੀਰੇ ਸੇਫਟੀ ਜ਼ਰੂਰ ਕਰਨੀ ਹੈ, ਠੀਕ ਹੈ। ਸੋ ਸੇਫਟੀ ਕਿੱਦਾਂ ਕਰਨੀ ਆ, ਆਹ ਕਿਹੜੀ ਮਰਜ਼ੀ ਲੈ ਕੱਢ ਲਓ, ਆਹ ਕੱਢ ਲਓ, ਆਹ ਕਰ ਲਓ, ਠੀਕ ਹੈ। ਆਪਣਾ ਹੋ ਗਿਆ ਇੱਥੇ ਤੁਹਾਡਾ ਹੋ ਗਿਆ ਤੁਹਾਡਾ ਪ੍ਰਾਈਵੇਟ ਪਾਰਟ। ਸਭ ਤੋਂ ਪਹਿਲਾਂ ਤੁਹਾਡੇ ਟੱਟੀਆਂ ਦੀਆਂ ਗੋਲੀਆਂ ਲਾ ਕੇ ਫਿਸ ਜਾਣ ਨਾ, ਉਹ ਤੁਸੀਂ ਥੱਲੇ ਕੋਈ ਸਮਾਨ ਰੱਖ ਲਓ ਇਹੋ ਜਿਹਾ ਪੱਕਾ ਜਾਂ ਬਰਨਾ ਪੁਰਨਾ, ਉਹ ਤੋਂ ਲਾਉਣਾ ਪੈਣਾ ਹੁਣ ਤਾਂ ਕਿ ਇਹ ਨਾ ਕਿਸਰ ਹੋਵੇ, ਕਿਉਂਕਿ ਇਹਦੇ ਬਿਨਾਂ ਜ਼ਿੰਦਗੀ ਹੈ ਨੀ, ਬੱਚੇ ਬੁੱਚੇ ਵੀ ਇੱਥੇ ਹੀ। ਆਪਣਾ ਪ੍ਰਾਈਵੇਟ ਪਾਰਟ ਰੱਖਣਾ ਬਚਾ ਕੇ, ਆਹੀ ਦੇ ਵੀਰੇ ਇਹੀ ਲੈ ਲਓ, ਇਹ ਥੱਲੇ ਮੇਰਾ ਕੱਚਾ ਹੈਗਾ, ਟੈਨਸ਼ਨ ਲੈ, ਕੋਈ ਨੀ ਕੋਈ ਨੀ, ਫੇਰ ਕੀ ਹੋ ਗਿਆ, ਠੀਕ ਹੈ ਜੀ। ਆਪਣੀ ਪੈ ਗਈ ਮਿੱਤਰੋ ਲੱਤ, ਓਕੇ। ਆਹ ਤੁਹਾਡਾ ਕੀ ਆ, ਇੱਕ ਬਾਹ ਇੱਕ ਚੈਸਟ, ਆਹ ਨਿਕਲ ਗਈ, ਠੀਕ ਹੈ। ਤੁਸੀਂ ਉਹਨੂੰ ਬਿਲਕੁਲ ਰੈਡੀ ਆ, ਠੀਕ ਹੈ। ਨਹੀਂ ਦੇਖੋ ਉਲਟਾ ਹੋ ਗਿਆ ਨਾ, ਇੱਧਰੋਂ ਲੱਤ ਪੈ ਗਈ, ਇੱਦਾਂ ਪੈ ਗਿਆ ਨਾ ਉਲਟਾ, ਠੀਕ ਹੈ। ਮੀਨਸ ਇਹ ਟਿਪ ਰਸਾ ਪੈ ਗਿਆ, ਰੋਂਗ ਸਾਈਡ ਖੱਬੀ ਸੱਜੀ ਲੱਤ, ਖੱਬਾ ਮਤਲਬ ਸਿਸਟਮ ਖੱਬਾ ਸੱਜਾ ਹੋ ਗਿਆ, ਠੀਕ ਹੈ। ਅਤੇ ਇਹ ਤੁਸੀਂ ਉਹਨੂੰ ਸਟਰੋਂਗਲੀ ਥੱਲੇ ਜਾਓਗੇ, ਬਾਕੀ ਤੁਹਾਨੂੰ ਇੱਥੋਂ ਤੁਹਾਨੂੰ ਫੜਨਾ ਪੈਣਾ ਆ। ਅਤੇ ਥੱਲੇ ਉਤਰਨ ਦੀ ਵੀ ਇੱਕ ਸਪੈਸ਼ਲ ਟ੍ਰੇਨਿੰਗ ਹੁੰਦੀ ਆ, ਤੁਸੀਂ ਜਿਹੜੇ ਪੈਰ ਹੈਗੇ ਆ ਉਹ ਨਾਲ ਕੰਧ ਦੇ ਤੁਸੀਂ ਲੈ ਜਾਣੇ ਆ, ਅਤੇ ਉੱਧਰ ਥੱਲੇ ਉਤਰ ਜਾਣਾ। ਇੱਦਾਂ ਤਾਂ ਜੋ ਕੰਧ ਨਾਲ ਪੈਰ ਨਾਲ ਲਾਓਗੇ, ਜਿਹੜੇ ਬੰਦੇ ਤੁਹਾਨੂੰ ਖਿੱਚ ਰਹੇ ਆ ਜਾਂ ਥੱਲੇ ਉਤਾਰ ਰਹੇ ਆ, ਉਹਨੂੰ ਪ੍ਰੋਬਲਮ ਆਊਗੀ, ਠੀਕ ਹੈ। ਇਹ ਤੁਹਾਡਾ ਹੋ ਗਿਆ ਰੈਡੀ ਰੱਸਾ, ਓਕੇ ਦੋਸਤੋ। ਫਿਰ ਤੁਸੀਂ ਫਾਈਨਲੀ ਥੱਲੇ ਕਿੰਨਾ ਰੱਸਾ ਹੈਗਾ ਆ, ਸੋਰੀ ਥੱਲੇ ਖੂਹ ਕਿੰਨਾ ਲੰਬਾ ਆ, ਉਸ ਤੋਂ ਡੇਢ ਗੁਣਾ ਰੱਸਾ ਤੁਹਾਡੇ ਕੋਲ ਹੋਣਾ ਚਾਹੀਦਾ, ਘੁੱਟ ਡੇਢ ਗੁਣਾ। ਅਤੇ ਡੇਢ ਗੁਣੇ ਰੱਸਾ ਤੁਹਾਡੇ ਕੋਲ ਜੋ ਰੈਡੀ ਹੋ ਗਿਆ, ਮੰਨ ਲਓ ਜੇ ਰਸਤੇ ਵਿੱਚ ਰਾਹ 'ਚ ਕੋਈ ਜੁਆਇੰਟ ਕਰਨਾ, ਜੁਆਇੰਟ ਕਿੱਦਾਂ ਕਰਨਾ ਆਪਾਂ, ਇਹ ਹਾਰਨੈਸ ਬਣਾਉਣ ਦੇ ਕਈ ਤਰੀਕੇ ਹੈਗੇ ਆ। ਮੇਰੀ ਹੁਣ ਹੱਥਾਂ ਦੀ ਪ੍ਰੈਕਟਿਸ ਘੱਟ ਹੈ ਵੀਰੇ, ਰੱਸਾ ਖੋਲੋ, ਖੋਲ ਲਓ ਵੀਰੇ, ਗਾਂਹ ਤੱਕ ਲਾ ਜਾਓ, ਉਹ ਮੈਂ ਇਹ ਗੱਠਾ ਬੰਦਾ ਮਾਰਦਾ ਰਹੇ, ਬੰਦਾ ਚੇਤੇ ਰਹਿੰਦੀਆਂ ਮੈਨੂੰ। 5-6 ਤਰ੍ਹਾਂ ਦੇ ਹਾਰਨੈਸ ਬਣਾਉਣੇ ਹੁੰਦੇ ਆ, ਪਰ ਹਾਰਨੈਸ ਬਣਾਉਣ ਦੇ 20-25 ਤਰੀਕੇ ਆ ਚੀਜ਼ ਬਣਾਉਣ ਦੇ, ਇੱਥੇ ਪ੍ਰੋਪਰ ਸੀਟ ਬਣ ਜਾਂਦੀ ਆ, ਉਹ ਹੁਣ ਭੁੱਲੇ ਹੋਏ ਆ, ਉਦੋਂ ਅਸੀਂ ਸੀਗੇ ਟ੍ਰੇਨਿੰਗ, ਉਦੋਂ ਸਿੱਖੇ ਸੀ ਸਾਰੇ, ਹੁਣ ਮੇਰੇ ਸਾਲੇ ਭੁੱਲੇ ਆ। ਇਹਦਾ ਸਿੱਧੀ ਪੰਜਾਬੀ ਗੱਠ ਇੱਥੋਂ ਮਾਰੀ ਅਤੇ ਉਹ ਗਈ, ਫਿਰ ਮੁੜ ਕੇ ਖੋਲਦੀ ਨਹੀਂ ਹੁੰਦੀ, ਠੀਕ ਹੈ ਜੀ। ਆਪਾਂ ਇਹ ਲੋਅ ਕਰਦੇ ਹਾਂ, ਕਿੱਦਾਂ ਕਰਨਾ ਆਪਾਂ, ਆਹ ਦੇਖੋ ਆਹ ਸਿਰਾ ਲਿਆ। ਸਭ ਤੋਂ ਪਹਿਲਾਂ ਦੋ ਗੱਠਾਂ ਵੱਜੀਆਂ ਹੋਣ, ਜਿਹੜੀ ਬਹੁਤ ਚੰਗੀ ਗੱਲ ਪਹਿਲਾਂ ਵੱਜੀ ਹੋਈ ਆ, ਠੀਕ ਹੈ। ਤੁਸੀਂ ਇੱਕ ਸਿਰਾ ਥੱਲੇ ਛੱਡ ਕੇ, ਠੀਕ ਹੈ, ਉਹਦੇ ਬਰਾਬਰ ਦਾ ਆਪਾਂ ਲੈ ਲਿਆ, ਥੋੜ੍ਹਾ ਜਿਹਾ ਕੋਸ਼ਿਸ਼ ਕਰੋ ਵੱਧ ਹੀ ਲਿਓ, ਓਕੇ, ਇਹ ਨਾ ਖੁੱਲ ਜਾਵੇ। ਜਿੰਨਾ ਤੁਸੀਂ ਲਿਆ ਆ ਉਹਦਾ ਹਾਫ ਮਾਰ ਲੈਣਾ, ਵੱਜ ਗਿਆ ਉਹ ਲੈ ਕੇ ਉੱਤੋਂ ਘੁਮਾਈ ਜਾਣਾ ਆਪਾਂ, ਇੱਥੇ ਮੈਂ ਜ਼ਿਆਦਾ ਲੈ ਰਿਹਾ। ਜਦੋਂ ਪ੍ਰੈਕਟੀਕਲ ਕੋਈ ਬੰਦਾ, ਵੈਸੇ ਬੰਦੇ ਨਾ ਇਹ ਕੰਮ ਦੇਖਣ ਵਾਲੇ ਜ਼ਿਆਦਾ ਹੁੰਦੇ ਆ, ਇਹ ਜਿਹੜੇ ਸਿਰ ਸਿਹਰਾ ਬਾਹਦਾ ਹੁੰਦਾ ਉਹ ਇੱਕ ਅੱਧਾ ਹੁੰਦਾ ਮੇਰਾ, ਸਹੀ ਗੱਲ ਹੈ, ਇਹ ਗੱਲ ਮੰਨੇ ਵਾਲੇ, ਠੀਕ ਹੈ। ਤੇ ਜਿਹੜੇ ਸਿਹਰਾ ਵੱਜ ਰਿਹਾ ਉਹ ਕੋਸ਼ਿਸ਼ ਕਰੇ ਵੀ ਹਵਾ ਨੀ ਕਿਸੇ ਨੇ ਕਰਨੀ, ਕੰਮ ਟੈਕਨੀਕਲ ਕਰਨਾ ਆ, ਕਿਉਂਕਿ ਫਿਰ ਹੱਸਦੇ ਤੇ ਤਾੜੀਆਂ ਵੀ ਮਾਰਦੇ ਹੁੰਦੇ ਆ ਵੀ ਹੁਣ ਬਹਿ ਗਿਆ ਸੱਟ ਲਵਾ ਕੇ। ਲਓ ਜੀ ਆਹ ਤੁਹਾਡੀ ਇਧਰੋਂ ਗੱਟ ਪੈ ਗਈ, ਇਹ ਢਿੱਲੀ ਆ ਕੋਈ ਢਿੱਲੀ ਛੱਡ ਦੋ, ਨੋ ਪ੍ਰੋਬਲਮ। ਇਹਦੋ ਜਿੰਨਾ ਇਧਰ ਕੀਤਾ ਉਧਰ ਇਹਦੋ ਕਰ ਦੇਣਾ ਆਪਾਂ ਉਲਟੇ ਪਾਸੇ,
ਵਨ ਤੂੰ ਮਾੜਾ ਸਮਝੀ ਜਾਣਾ ਨਾ ਤੂੰ ਸਮਝ ਲੈ ਘੁੰਮ ਕੇ ਇਹ ਆ ਗਈ ਠੀਕ ਹੈ ਇਹਨਾਂ ਸਾਰਿਆਂ ਵਿੱਚੋਂ ਤੁਸੀਂ ਇਹ ਗੱਠ ਘੁੰਮਾ ਤੀ ਆਪਾਂ ਵਿੱਚੋਂ ਦੀ ਠੀਕ ਹੈ ਜੀ ਇਹਦੇ ਵਿੱਚੋਂ ਲਾਸਟ ਇਹ ਤੋਂ ਨਿਕਲ ਜਾਣੀ ਹੈ ਇਹ ਤੁਹਾਡੀ ਨਿਕਲ ਗਈ ਗੱਠ ਠੀਕ ਹੈ ਹੁਣ ਲਾਸਟ ਦੋਨੇ ਖਿੱਚ ਦੋ ਦੋਨੇ ਲੌਕ ਹੋ ਗਏ ਜੀ ਠੀਕ ਹੈ ਇਹ ਮਤਲਬ ਕਦੇ ਵੀ ਨਿਕਲਣਾ ਭਾਵੇਂ ਟਰੈਕਟਰ ਖਿੱਚ ਲਓ ਹੁਣ ਅਤੇ ਇਹ ਸਭ ਤੋਂ ਵੱਡੀ ਖਾਸ ਇਹ ਤੇ ਆ ਗੱਠ ਪਾਉਣੀ ਵੱਡੀ ਗੱਲ ਨਹੀਂ ਗੱਠ ਪਾਉਣ ਤੋਂ ਬਾਅਦ ਖੁੱਲ੍ਹਣਾ ਵੱਡੀ ਗੱਲ ਆ ਬਸ ਗੱਠਾਂ ਖੁੱਲ੍ਹਣੀ ਹੁੰਦੀਆਂ ਹਾਂ ਗੱਠ ਖੁੱਲ੍ਹਣੀ ਕਿੱਦਾਂ ਰੌਲਾ ਇਸ ਗੱਲ ਦਾ ਇਹ ਝੱਟ ਖੁੱਲ੍ਹ ਜਾਣੀ ਬਾਅਦ 'ਚ ਖੁੱਲ੍ਹਣੀ ਹੋਵੇ ਠੀਕ ਹੈ ਕਿਵੇਂ ਮਰਜ਼ੀ ਖੋਲ ਲਿਓ ਹਾਂ ਇਹ ਜੇ ਦੂਜੀ ਮਾਰ ਲੈਂਦੇ ਖਾਲੀ ਖੁੱਲ੍ਹਣੀ ਨਹੀਂ ਸੀ ਫਿਰ ਇਹ ਭਾਵੇਂ ਬੁੰਡਲਾ ਹੀ ਹੋਰ ਲਾ ਲੈਂਦੇ ਫਿਰ ਪੰਜਾਬੀ ਹਮੇਸ਼ਾ ਫਿਰ ਵੱਢਦੇ ਹੁੰਦੇ ਆ ਠੀਕ ਹੈ ਇਹ ਆਪਣੀ ਗੱਠ ਹੁਣ ਰਾਜ ਜੁਆਇੰਟ ਹੋ ਗਿਆ ਪਰ ਸਭ ਤੋਂ ਵੱਡੀ ਇਹ ਗੱਲ ਹੈ ਕਿ ਇਹ ਗੱਠ ਜਿਹੜੀ ਹੈਗੀ ਆ ਖੁੱਲ੍ਹਣ ਆਪ ਖੁੱਲ੍ਹਣੀ ਉਹਦੇ ਖੁੱਲੂਗੀ ਠੀਕ ਹੈ ਜੇ ਅਸੀਂ ਨਹੀਂ ਖੁੱਲ੍ਹਣੀ ਤਾਂ ਆਪ ਧੱਕੇ ਦਾ ਨਹੀਂ ਖੁੱਲ੍ਹ ਸਕਦੀ ਇਕੱਲੀ ਲੋ ਜੀ ਥੋੜ੍ਹਾ ਰੱਸਾ ਵੀ ਰੈਡੀ ਹੋ ਗਿਆ ਰਾਜ ਬੰਦੇ ਸਾਡੇ ਆ ਰਹੇ ਆ ਜੱਕੂ ਨਹੀਂ ਆਉਂਦੇ ਪਏ ਆਹ ਸ਼ੋਰਟ ਇਹ ਸਾਡੇ ਇੰਜੀਨੀਅਰ ਸਾਹਿਬ ਪਹੁੰਚ ਗਏ ਆ ਤੇ ਇਹਨਾਂ ਨੇ ਇਹ ਦੱਸਣਾ ਹੈ ਵੀ ਕੁੱਤੇ ਦਾ ਕੀ ਕਰਨਾ ਆ ਹਾਂਜੀ ਸਰ ਉਹ ਕੱਢਣ ਲੱਗੇ ਸੀ ਠੀਕ ਆ ਹਾਂਜੀ ਸਰ ਉਦੋਂ ਠੀਕ ਹੈ ਠੀਕ ਹੈ ਮੰਨਣਾ ਹੁਣੇ ਮੰਨ ਲਓ ਠੀਕ ਹੈ ਹਾਂ ਨਹੀਂ ਨਹੀਂ ਆ ਜਿਹੜੇ ਜੋ ਵੀ ਜੜੀ ਬੂਟੀ ਖਾਣੀ ਆ ਹੁਣੇ ਖਾ ਲਿਓ ਮੁੜ ਕੇ ਨੀ ਖਾ ਹੋਣੀ ਕਿਉਂਕਿ ਆਪਾਂ 15 ਮਿੰਟ ਦਾ ਕੰਮ ਹੈ 15 ਮਿੰਟ ਦਾ ਅੱਜ ਹਰ ਹਾਲਤ ਕੁੱਤਾ ਕੱਢਣਾ ਮੈਨੂੰ ਤਾਂ ਐ ਲੱਗਿਆ ਮੈਨੂੰ ਕੁੱਤੇ ਨੂੰ ਆਉਂਦੇ ਓਵੇ ਕਾਰੀ ਕਹਿੰਦਾ ਇਦਾਂ ਕਰ ਕਹਿੰਦਾ ਭਾਜੀ ਨੂੰ ਸਾਡ ਕਹਿੰਦਾ ਫੇਰ ਕੰਮ ਬਣਨਾ ਹੋ ਗਿਆ ਜੁੜ ਮੈਂ ਕਿਹਾ ਇੱਥੇ ਜੁੜਦਾ ਹੀ ਨਹੀਂ ਕੋਈ ਬੰਦਾ ਕਹਿੰਦਾ ਦੇਖ ਕੋਈ ਮੂੰਹ ਹੀ ਨਹੀਂ ਕਰਦਾ ਕਹਿੰਦਾ ਦੇਖੀ ਜੁੜਦੇ ਨੇ ਖਿੱਚੋ ਮਣੀ ਭਰ ਲਾ ਨਾਲ ਲੈਣਾ ਮੈਂ ਵੀ ਪੀਣਾ ਆਪਾਂ ਜਦੋਂ ਵੀ ਥੱਲੇ ਨਾ ਕਿਸੇ ਡੂੰਘੀ ਜਗ੍ਹਾ ਜਾਣਾ ਆ ਕੋਸ਼ਿਸ਼ ਆਪਾਂ ਇਹ ਕਰਨੀ ਆ ਜਾਂ ਟਰੈਕਟਰ ਦੇ ਪਿੱਛੇ ਪਾਉਣਾ ਆ ਫੱਟੀ ਨੂੰ ਸਾਰਿਆਂ ਨਾਲ ਵਧੀਆ ਲਾਗੇ ਦਰਖਤ ਦੇ ਕੋਈ ਬੰਦੇ ਦਾ ਸਿੱਧਾ ਜ਼ੋਰ ਕਦੇ ਨਹੀਂ ਲਵੋ ਕਿਉਂਕਿ ਬੰਦੇ ਸਾਡੇ ਦੇਸੀ ਹੁੰਦੇ ਨੇ ਕਿਹੜੇ ਜ਼ੋਰ ਮਾਰੇ ਹੁੰਦੇ ਇੱਦਾਂ ਦੇ ਨਾ ਹਮੇਸ਼ਾ ਲਾਗੇ ਦਰਖਤ ਆ ਉਦੋਂ ਅਸਾਂ ਘੁੰਮ ਕੇ ਆਵੇ ਜੇ ਕਿਤੇ ਲੋਕ ਵੀ ਕਰਨਾ ਪੈ ਜੇ ਤਾਂ ਲੋਕ ਹੋ ਜੂਗਾ ਤੇ ਸਾਰੀ ਟੈਕਨੀਕ ਨਿੰਜਾ ਟੈਕਨੀਕ ਪਿੰਡ ਵਾਲਿਆਂ ਦੀਆਂ ਚੱਲਣਗੀਆਂ ਕੋਈ ਨਹੀਂ ਗੱਠ ਵੀ ਟਵਾ ਲਵਾਂ ਕੋਈ ਟੈਨਸ਼ਨ ਨਹੀਂ ਇੱਧਰ ਮੈਂ ਘੁੰਮ ਕੇ ਆਇਆ ਠੀਕ ਹੈ ਕਿਉਂਕਿ ਤੁਹਾਡਾ ਲੋਕ ਆ ਆਹੋ ਠੀਕ ਹੈ ਢਿੱਲ ਵੀ ਦੇਣੀ ਚੰਗਾ ਉਧਰੋਂ ਜਦੋਂ ਇੱਥੇ ਲੱਗ ਗਿਆ ਦੇਖੂ ਲੱਗ ਗਿਆ ਚੰਗਾ ਠੀਕ ਹੈ ਤੇ ਤੇਰਾ ਧਿਆਨ ਇਹ ਰਵੇ ਬੋਰੀ ਉੱਪਰ ਨਾ ਕਿ ਮੇਰੇ ਆ ਜਵੇ ਮੈਂ ਤਾਂ ਟੈਨਸ਼ਨ ਨਾ ਲੈ ਰੂ ਬੋਰੀ ਉੱਪਰ ਉਹ ਮੈਂ ਆਪੇ ਕਰਾਂ ਟੈਨਸ਼ਨ ਲੋ ਕੋਈ ਨਹੀਂ ਛੱਡੋ ਹਲਕਾ ਹਲਕਾ ਹਾਂ ਦੋ ਜੀ ਫਟਾਫਟ ਜਾਓ ਫਟਾਫਟ ਫਟ ਹਾਂ ਠੀਕ ਹੈ ਜੀ ਓਕੇ ਓਕੇ ਫੜ ਕੇ ਟੈਨਸ਼ਨ ਨਾ ਲੈ ਤੂੰ ਆਉਣ ਦੋ ਹਰ ਚੀਜ਼ ਨੂੰ ਦੇਖ ਠੀਕ ਹੈ ਚੱਲ 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 ਚੱਲ
ਬਹੁਤ ਰਿਸਕੀ ਹੁੰਦਾ ਜੀ ਇਹ ਚੀਜ਼ ਨੂੰ, ਤੇ ਮੈਨੂੰ ਡਰ ਆ ਵੀ ਸਾਡੇ ਬੰਦੇ ਨਵੇਂ ਆ। ਆਉਣ ਦੋ ਆਉਣ ਦੋ ਆਉਣ ਦੋ ਆਉਣ ਦੋ ਸੈਟ ਆ। ਹਾਂ ਮੈਂ ਠੀਕ ਆ। ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਚੱਲ 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 ਉੱਤੇ ਦੇਖ ਲੈ ਬੋਰੀ ਦਾ। ਬੋਰੀ ਫੜੀ ਆ, ਬੋਰੀ ਟੈਨਸ਼ਨ ਨਾ ਲੈ ਤੂੰ। ਚੱਲ ਆਉਂਦਾ ਚੱਲ ਸ਼ਾਬਾਸ਼ ਚੱਲ ਸੈਟ ਆ ਸ਼ਾਬਾਸ਼ ਚੱਲ ਓਕੇ ਸਟਾਪ ਸਟਾਪ ਆਉਂਦਾ ਚੱਲ ਆਉਂਦਾ ਆਉਂਦਾ ਚਲੋ ਵੀ ਚਲੋ ਓਕੇ ਚੱਲ ਪਹੁੰਚ ਗਿਆ ਆਉਂਦਾ ਚੱਲ ਆਉਂਦਾ ਆਉਂਦਾ ਚੱਲ ਆਉਂਦਾ ਆਉਂਦੇ ਆਉਂਦਾ ਆਉਂਦੇ ਪਹੁੰਚ ਗਿਆ। ਹਾਂਜੀ ਮੈਂ ਢਿੱਲਾ ਕਰ ਦਿਓ। ਪਹੁੰਚ ਗਿਆ ਪਹੁੰਚ ਗਿਆ, ਢਿੱਲਾ ਸਾ ਕਰ ਦੋ। ਹਾਂ ਹਾਂ ਪਹੁੰਚ ਗਿਆ ਪਹੁੰਚ ਗਿਆ ਸੈਟ ਆ। ਹਾਂ ਸੈਟ ਆ। ਸੋ ਇਸ ਵਕਤ ਮੈਂ ਹੈਗਾ ਜੀ ਚੱਲ ਠੀਕ ਆ ਬਾਜ ਪ੍ਰੋਪਰ ਖੂਹ ਦੇ ਵਿੱਚ, ਪਰ ਇੱਥੇ ਆ ਕੇ ਸਭ ਤੋਂ ਪਹਿਲਾਂ ਮੈਨੂੰ ਬਹੁਤ ਗੰਦਾ ਮੁਸ਼ਕ ਮਿਲਿਆ ਤੇ ਮੁਸ਼ਕ ਬਾਲਾ ਹੀ ਭੈੜਾ। ਦੋ ਸਾਡੇ ਕੈਮਰੇ ਲੱਗੇ ਹੋਏ ਵੀਡੀਓ ਤੇ, ਸੋ ਮੈਂ ਹੁਣ ਇਸ ਵਕਤ ਆ ਗਿਆ ਜੀ ਖੂਹ ਦੇ ਵਿੱਚ, ਕਿਉਂਕਿ ਇੱਕ ਬੰਦਾ ਉੱਪਰ ਵੀਡੀਓ ਲੈ ਰਿਹਾ ਆ, ਉਹ ਖੜੇ ਉੱਪਰ ਦੇਖ ਰਹੇ ਖੜੇ ਵਗੇਦਾ ਨੀਗਾ। ਮੁਸ਼ਕ ਬਹੁਤ ਜ਼ਿਆਦਾ ਇਹ ਹੈਗਾ ਜੀ ਜਾਨਵਰ ਜਿਹੜਾ ਆਪਾਂ ਉੱਤੋਂ ਸਾਰਾ ਹੀ ਨਿੰਜਾ ਟੱਪੀ ਕਰ ਥੱਲੇ ਆਏ ਹਾਂ। ਸੋ ਹੈਲੋ ਆ ਜਾ। ਇਹ ਜਿਹੜਾ ਡੋਗ ਹੈਗਾ ਨਾ ਇਹ ਸਟਰੀਟ ਡੋਗ ਆ, ਰੋਜ਼ ਰੋਜ਼ ਪਹਿਲਾਂ ਆਪਾਂ ਅੰਡਾ ਪਾਵਾਂਗੇ, ਮੇਰੇ ਵਾਸਤੇ ਅੰਡਾ ਉਬਾਲ ਕੇ ਲੈ ਕੇ ਆਉਂਦਾ। ਸੋ ਮੈਂ ਹੁਣ ਇਸ ਵਕਤ ਆ ਗਿਆ ਜੀ ਖੂਹ ਦੇ ਵਿੱਚ, ਕਿਉਂਕਿ ਇੱਕ ਬੰਦਾ ਉੱਪਰ ਵੀਡੀਓ ਲੈ ਰਿਹਾ ਆ, ਉਹ ਖੜੇ ਉੱਪਰ ਦੇਖ ਰਹੇ ਸਾਰੇ ਵਧੇਦਾ ਨੀਗਾ। ਮੁਸ਼ਕ ਬਹੁਤ ਜ਼ਿਆਦਾ ਇਹ ਹੈਗਾ ਜੀ ਜਾਨਵਰ ਜਿਹੜਾ ਆਪਾਂ ਉੱਤੋਂ ਸਾਰਾ ਹੀ ਨਿੰਜਾ ਟੱਪਣੀ ਕਰ ਥੱਲੇ ਆਏ ਆ। ਸੋ ਹੈਲੋ ਆ ਜਾ। ਇਹ ਜਿਹੜਾ ਡੋਗ ਹੈਗਾ ਨਾ ਇਹ ਸਟਰੀਟ ਡੋਗ ਆ, ਤੇ ਇਹਨੂੰ ਪਹਿਲਾਂ ਆਪਾਂ ਅੰਡਾ ਪਾਵਾਂਗੇ, ਮੇਰੇ ਵਾਸਤੇ ਅੰਡਾ ਉਬਾਲ ਕੇ ਲੈ ਕੇ ਆਉਂਦਾ। ਸਟਰੀਟ ਡੋਗ ਜਿਹੜੇ ਹੁੰਦੇ ਨੇ ਉਹ ਮਤਲਬ ਲੋਇਲ ਤਾਂ ਹੁੰਦੇ ਆ, ਪਰ ਉਹਨਾਂ ਦਾ ਕੋਈ ਭਰੋਸਾ ਨਹੀਂ ਹੁੰਦਾ ਵੀ ਵੱਢ ਕਿੱਦਾਂ ਲੈ ਲਓ। ਜਿਹਨਾਂ ਤੁਸੀਂ ਰੂੜੀ ਮਾਰਕਾ ਜਾਂ ਢੇਰੂ ਡੋਗ ਕਹਿੰਦੇ ਆ ਉਹ ਸੀ ਹੁੰਦਾ ਆ। ਮੈਂ ਆਏ ਅਰ ਸਾਡੇ ਲੱਗ ਰਹੇ ਮੇਰੇ ਥੱਲੇ ਬਹਿਣਾ, ਹਾਂ ਬਸ 4 ਫੁੱਟ ਛੱਡ ਦੋ ਰਸਾ। ਹੈਲੋ ਇਹ ਬਹੁਤ ਡਰਿਆ ਹੋਇਆ ਵਿਚਾਰਾ, ਤੇ ਇਹ ਹੋ ਗਿਆ ਹੋਊਗਾ ਐਗ ਕਾਲਾ ਪੁੱਤ ਲੈ ਐਗ ਇਹਨੂੰ ਖਾ ਕੇ ਤੇ ਫਿਰ ਇਹਨੂੰ ਕਿੱਦਾਂ ਖਾਊਗਾ ਖਾਊਗਾ ਖਾਲਾ ਪੁੱਤ ਖਾਲਾ ਖਾਲਾ। ਹਾਂ ਸੋ ਐਗ ਖਾ ਰਿਹਾ, ਚੰਗਾ ਲੱਗ ਰਿਹਾ, ਲੈ ਲੈ ਖਾਲਾ 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 ਤੂੰ ਲੈ ਜਾਣਾ ਲੈ ਜਾਣਾ। ਇਹ ਹੈ ਅਸਲ 'ਚ ਕੁੱਤੀ ਆ, ਇਹ ਕੁੱਤੀ ਆ ਜੀ, ਕੁੱਤਾ ਨਹੀਂ ਕੁੱਤੀ ਆ, ਫੀਮੇਲ ਆ ਤੇ ਬੱਚਿਆਂ ਹੀ ਲੱਗਦੀ ਆ ਜੇ ਥਣ ਜੇ ਵੱਡੇ ਲੱਗਣ ਦੇ ਵਾਹ। ਲਓ ਪੁੱਤ ਅੱਛਾ ਇਹਨੇ ਨਾ ਪਾਣੀ ਨਹੀਂ ਪੀਤਾ ਹੋਇਆ,
ਥੱਲੇ ਇੱਕ ਪੈਪਸੀ ਆਉਣੀ ਹੈਗੀ ਆ, ਪਾਣੀ ਦੀ ਥੱਲੇ ਭੇਜ ਦਿਓ, ਪਾਣੀ ਦੀ ਪੈਪਸੀ ਟੋਕਰਾ ਤੇ ਜਿਹ ਚ ਪਾਣੀ ਪਾਉਣਾ ਪੌਲਾ ਭੇਜ ਦਿਓ। ਪਿਲਾ ਦੋਸਤੋ, ਜਿਹੜੇ ਸਟਰੀਟ ਡੋਗ ਨੂੰ ਪਿਆਰ ਕਰਦੇ ਆ, ਆਹ ਕੁੱਤਾ ਪਿਛਲੇ 9 ਦਿਨ ਦੇ ਵਿੱਚ ਹੈਗਾ ਅਤੇ ਇਹਨੂੰ ਕੱਢਣ ਵਾਸਤੇ ਸੇਵਾ ਲਈ ਆ। ਅਸਲ 'ਚ ਫੀਮੇਲ ਆ ਬੱਚਿਆਂ ਵਾਲੀ ਆ 9 ਦਿਨ ਤੋਂ, ਅਤੇ ਇਹਨੂੰ ਅਸੀਂ ਸਾਰੇ ਕਰ ਰਹੇ ਹਾਂ। ਪਲੀਜ਼ ਇਹ ਵੀਡੀਓ ਸਾਰੇ ਯੂਜ਼ ਸ਼ੇਅਰ ਲਾਈਕ ਕਰਿਓ, ਇਹ ਵੀਡੀਓ ਇਹ ਬਹੁਤ ਵੱਡਾ ਮੈਸੇਜ ਆ ਅਤੇ ਇਹਨੂੰ ਕੱਢ ਕੇ ਲੈ ਕੇ ਜਾਂਦੇ ਹਾਂ। ਖੂਹ ਬਹੁਤ ਡੂੰਘਾ ਆ, ਉੱਤੋਂ ਹੁਣ ਟੋਕਰ ਆ ਰਿਹਾ, ਉਹ ਦੇਖੋ ਇਹਦੇ ਵਿੱਚ ਹੁਣ ਪਾਣੀ ਅਤੇ ਕੌਲਾਂ ਨੂੰ ਪਾਇਆ, ਕੌਲੇ ਵਿੱਚ ਪਾਣੀ ਪਾਵਾਂਗੇ ਕੌਲਾਂ ਨਾਲ ਭੇਜਣ ਨੇ, ਅਤੇ ਡਰੀ ਹੋਈ ਆ ਵਿਚਾਰੀ ਬਹੁਤ ਜ਼ਿਆਦਾ, ਅਤੇ ਬੱਚਿਆਂ ਵਾਲੀ ਆ ਯਾ ਜੀ ਸਟਰੀਟ ਡੋਗ ਫੀਮੇਲ ਆ, ਅਤੇ ਬਹੁਤ ਜ਼ਿਆਦਾ ਮੈਨੂੰ ਵੱਢ ਰਹੀ ਸੀ, ਫਰੈਂਕ ਨਹੀਂ ਹੋਈ, ਹੁਣ ਰੱਸੀਆਂ ਪਾ ਪੂ ਕੇ ਮੈਨੂੰ ਚੱਕੜਿਆ, ਹੁਣ ਆਪਾਂ ਪੂਰਾ ਇਸਨੂੰ ਭੇਜਦੇ ਹਾਂ। ਆਏ ਕੁੱਤਾ ਪਿਛਲੇ 9 ਦਿਨ ਦੇ ਵਿੱਚ ਹੈਗਾ, ਇਹਨੂੰ ਕੌਸ਼ ਵਾਸਤੇ ਸੇਵਾ ਲਈ ਆ, ਅਸਲ 'ਚ ਫੀਮੇਲ ਆ ਬੱਚਿਆਂ ਵਾਲੀ ਆ 9 ਦਿਨ ਤੋਂ, ਅਤੇ ਇਹਨੂੰ ਅਸੀਂ ਸਾਰੇ ਕਰ ਰਹੇ ਹਾਂ। ਪਲੀਜ਼ ਇਹ ਵੀਡੀਓ ਸਾਰੇ ਸ਼ੇਅਰ ਲਾਈਕ ਕਰਿਓ, ਇਹ ਵੀਡੀਓ ਬਹੁਤ ਵੱਡਾ ਮੈਸੇਜ ਆ ਅਤੇ ਇਹਨੂੰ ਕੱਢ ਕੇ ਲੈ ਕੇ ਜਾਂਦੇ ਆ। ਖੂਹ ਬਹੁਤ ਡੂੰਘਾ ਆ, ਉੱਤੋਂ ਹੁਣ ਟੋਕਰ ਆ ਰਿਹਾ, ਉਹ ਦੇਖੋ ਇਹਦੇ ਵਿੱਚ ਹੁਣ ਪਾਣੀ ਅਤੇ ਕੌਲਾਂ ਨੂੰ ਪਾਇਆ, ਕੌਲੇ ਵਿੱਚ ਪਾਣੀ ਪਾਵਾਂਗੇ ਕੌਲਾਂ ਨਾਲ ਭੇਜਣ ਨੇ, ਅਤੇ ਡਰੀ ਹੋਈ ਆ ਵਿਚਾਰੀ ਬਹੁਤ ਜ਼ਿਆਦਾ, ਅਤੇ ਬੱਚਿਆਂ ਵਾਲੀ ਆ ਲੈ ਲਿਆ। ਇੱਕ ਮਿੰਟ ਰਸਾ ਬਚਾ, ਇੱਕ ਮਿੰਟ ਰਸਾ ਹੈਗਾ ਹੈਗਾ ਓਕੇ ਆਉਣ ਦੋ, ਇੱਕ ਮਿੰਟ ਉਹ ਪਾ ਦੇ ਜਲਦੀ, ਚਲ ਬਸ ਹੁਣ ਛੱਡ ਦੇ। ਡਰੀ ਬਹੁਤ ਹੋਈ ਨਾ, ਪਿਲਾ ਮਰਦੀ ਨੀ ਕੋਈ ਕੰਮ, ਖਿੱਚ ਲੋ ਖਿੱਚ ਫੜਾ, ਬਾਕੀ ਸਾਰੇ ਫੜਾ ਲੈ ਮੈਂ ਇਹ ਫੜਾ ਫੜ ਦੋ। ਬੋਰੀ ਤੇ ਹੀ ਆ, ਬੋਰੀ ਤੇ ਹੀ ਆ, ਕਿਸੇ ਨੂੰ ਜਾਂਦਾ।
ਰੂ ਰੂ ਚੱਕ ਲਈ ਹੱਥ ਆ ਗਿਆ ਤੇ ਆ ਜਾ ਫਸ ਗਿਆ ਮੂੰਹ ਖਲਾਰਦੇ ਖਲਾਰਦੇ ਮਿੰਟ ਮਾਰ ਰੱਸਾ ਕਿੱਦਾਂ ਬੰਨਤਾ ਤੈ ਖੋਲਦੇ ਇਧਰੋਂ ਫਤਿਹ।